ਪੁਲਿਸ ਅੱਗੇ ਮੁਰਗੇ ਵਾਂਗ ਬੈਠੀਆਂ ਇਹ ਤਿੰਨ ਜਨਾਨੀਆਂ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਚੋਰੀ ਜਾਂ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਪਰ ਜੀ ਨਹੀਂ, ਪੁਲਿਸ ਨੇ ਇਹਨਾਂ ਨੂੰ ਨਸ਼ੇ ਜਾਂ ਚੋਰੀ ਦੇ ਮਾਮਲੇ 'ਚ ਗ੍ਰਿਫਤਾਰ ਨਹੀਂ ਕੀਤਾ, ਸਗੋਂ ਜਿਸਮ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਇੰਨਾ ਕੋਈ ਨਹੀਂ, ਬਲਕਿ ਇਹ ਮਰਦਾਂ ਨੂੰ ਪਹਿਲਾਂ ਤਾਂ ਭੁਲੋ ਕੇ ਕਮਰੇ ਵਿੱਚ ਲੈ ਜਾਂਦੀਆਂ ਅਤੇ ਫਿਰ ਚੋਰੀ ਕੈਮਰਾ ਲਾ ਕੇ ਗਲਤ ਸੰਬੰਧ ਬਣਾਉਂਦੀਆਂ ਨੇ ਅਤੇ ਫਿਰ ਸ਼ੁਰੂ ਹੋ ਜਾਂਦਾ ਇਹਨਾਂ ਦਾ ਮਰਦਾਂ ਨੂੰ ਬਲੈਕਮੇਲਿੰਗ ਕਰਨ ਦਾ ਧੰਦਾ। ਆਓ ਸੁਣਦੇ ਹਾਂ ਪੂਰਾ ਮਾਮਲਾ ਪੀੜਤ ਵਿਅਕਤੀ ਦੇ ਮੂੰਹੋਂ। ਆਪਣੇ ਖੁੱਲ੍ਹੇ ਉਨੇ ਖੁੱਲ੍ਹੇ ਉਨੇ ਚਿਰ ਬਾਅਦ 2 ਮਿੰਟ ਬਾਅਦ ਸਰਦਾਰ ਆ ਗਿਆ। ਉਹਨੇ ਫੋਨ ਕੀਤਾ ਕਿ ਸਰਦਾਰ ਤੱਕ ਮੋੜਾ ਬੰਦਾ ਆ ਗਿਆ, ਉਹਨਾਂ ਸਾਡੀ ਫੋਟੋ ਖਿੱਚ ਲਈਆਂ ਔਰ ਮੈਨੂੰ ਕਿਹਾ ਵੀ ਜੇ ਤੂੰ ਕੇਸ ਮੁਕਾਉਣਾ ਹੋਣੀ ਤਾਂ 1,00,000 ਰੁਪਇਆ ਦੇ ਦਿੱਤੇ ਅਸੀਂ ਤੇਰੀਆਂ ਫੋਟੋ ਨੈੱਟ ਪਾ ਦੇਣੀਆਂ ਔਰ ਅਸੀਂ ਪੁਲਿਸ ਥਾਣੇ ਰਿਪੋਰਟ ਦੇ ਦੇਣੀ। ਅਤੇ ਮੈਂ ਡਰਦੇ ਮੋਦੀ, ਮੈਂ ਮੇਰੇ ਕੋਲ ਪੈਸੇ ਦੇਖ ਲਏ ਕੋਈ ਨਹੀਂ ਹੈਗੇ, ਉਹਨੇ ਤਲਾਸ਼ੀ ਲਈ ਉਹਨੇ ਮੇਰੇ ਕੋਲ 1,000 ਰੁਪਇਆ ਨਿਕਲਿਆ, 1,200 ਰੁਪਇਆ ਉਹ ਲੈ ਲਿਆ। ਬਾਅਦ 'ਚ ਮੈਨੂੰ ਕਹਿੰਦਾ ਵੀ ਪੈਸੇ ਦਾ ਇੰਤਜ਼ਾਮ ਕਰ, ਮੈਂ ਮੇਰੇ ਸਰਪੰਚ ਸਾਹਿਬ ਨਾਲ ਗੱਲ ਕਰ ਲਓ। ਸਰਪੰਚ ਸਾਹਿਬ ਨਾਲ ਗੱਲ ਕਰਾਈ, ਸਰਪੰਚ ਸਾਹਿਬ ਨਾਲ ਗੱਲ ਕਰਾਈ, ਉਹਨੂੰ ਮੈਨੂੰ ਕਹਿੰਦਾ ਵੀ ਉਹਨਾਂ ਨੂੰ ਕਹੋ ਵੀ ਅਸੀਂ ਫਾਈਨੈਂਸ ਨਾਲ ਲਿਆ ਗਏ ਹਾਂ, ਉਹਨਾਂ ਕੋਲ ਮੈਂ 1,00,000 ਰੁਪਇਆ ਲੈਦਾ ਲੈਦਾ ਅਤੇ ਮੈਂ ਉਹ ਪੈਸੇ ਲੈਣੇ ਵਾਪਸ। ਕੰਪਲੇਂਟ ਕਰਤੀ ਫਿਰ ਉਹਦੇ ਬਾਅਦ ਫਿਰ ਮੈਨੂੰ ਕਹਿੰਦਾ ਵੀ ਹੁਣ ਤੂੰ ਘਰੋਂ ਪੈਸੇ ਮੰਗਾ। ਮੈਂ ਮੁੰਡੇ ਫੋਨ ਕੀਤਾ, ਉਹ ਘਰੋਂ 8,000 ਰੁਪਇਆ ਅਤੇ ਚੈੱਕ ਬੁੱਕ ਅਤੇ ਆਧਾਰ ਕਾਰਡ ਮੰਗਾਇਆ, ਉਹ ਮੈਨੂੰ ਮੰਗਾਇਆ। ਉਹ ਫਿਰ ਉਹਦੇ ਘਰੋਂ ਅਸੀਂ ਆ ਗਏ ਜਿੱਥੇ ਮਤਲਬ ਹਸਪਤਾਲ ਜਿੱਥੋਂ ਮੈਂ ਗਿਆ ਸੀ, ਉੱਥੇ ਆਣ ਕੇ ਉਹਨਾਂ ਮੇਰੇ ਕੋਲ ਪੈਸੇ ਲਏ, ਚੈੱਕ ਬੁੱਕ ਲਏ ਅਤੇ ਆਧਾਰ ਕਾਰਡ ਲਿਆ ਮੇਰਾ। ਫਿਰ ਕਹਿੰਦੇ ਵੀ ਤੁਸੀਂ ਜਾਓ ਕੱਲ੍ਹ ਪੈਸੇ ਦਾ ਇੰਤਜ਼ਾਮ ਕਰਿਓ 4 ਵਜੇ ਨਾਲ। ਮੈਂ ਉਹ 99,000 ਰੁਪਏ ਦਿੱਤਾ ਹੁਣ। ਇਹਨਾਂ ਜਨਾਨੀਆਂ ਨੇ ਕਿਸ ਕਿਸ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਇਹਨਾਂ ਦੇ ਗਿਰੋਹ ਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅਤੇ ਆਓ ਬਾਕੀ ਜਾਣਕਾਰੀ ਸੁਣਦੇ ਹਾਂ DSP ਦੀ ਜਵਾਨੀ। ਕੁਝ ਦਿਨ ਪਹਿਲਾਂ ਸਾਡੇ ਕੋਲ ਇੱਕ ਸੋਹਣ ਲਾਲ ਨਾਂ ਦਾ ਬੰਦਾ ਕੰਪਲੇਨਟ ਆਇਆ ਸੀ ਵੀ ਮੈਨੂੰ ਇੱਕ ਲੇਡੀ ਨੇ ਲਿਓਰ ਕੀਤਾ, ਫਿਰ ਇੱਕ ਕਮਰੇ 'ਚ ਲੈ ਗਏ ਆ, ਉੱਥੇ ਵਿਚਾਰੇ ਦੀਆਂ ਫੋਟੋਆਂ ਜਿਹੜੀਆਂ ਇਤਰਾਜ਼ਯੋਗ ਹਾਲਤ 'ਚ ਖਿੱਚ ਲਈਆਂ। ਫਿਰ 2 ਬੰਦੇ ਆਏ ਨਾਲ, ਉਹਨਾਂ ਨੇ ਆ ਕੇ ਉਹਨਾਂ ਨੂੰ ਮਾਰਿਆ ਕੁੱਟਿਆ, ਉਹਦੀਆਂ ਫੋਟੋ ਖਿੱਚ ਲਈਆਂ ਔਰ ਉਹਦੇ ਕੋਲੋਂ ਪੈਸੇ ਜੋ ਹੈਗੇ ਉਹ ਲੈ ਲਏ। ਉਹਦੇ ਬਾਅਦ ਉਹਨੂੰ ਡਰਾ ਧਮਕਾ ਕੇ ਹੋਰ ਘਰੋਂ ਪੈਸੇ ਮੰਗਵਾਏ ਉਸ ਕੋਲ, ਕਰੀਬ 8,000-9,000 ਰੁਪਇਆ। ਚੈੱਕ ਬੁੱਕਾਂ ਮੰਗਾਈਆਂ, ਚੈੱਕ ਬੁੱਕਾਂ ਮੰਗਵਾ ਕੇ ਉਹਦੇ ਕੋਲੋਂ ਦੋ ਚੈੱਕ 'ਤੇ ਸਾਈਨ ਕਰਵਾ ਲਏ, ਬਾਕੀ ਚੈੱਕ ਬੁੱਕ ਲੈ ਲਈ। ਐਂਡ ਉਹਦੇ ਬਾਅਦ ਉਹਦੇ ਕੋਲ ਹੋਰ ਪੂਰੇ ਪੇਪਰਾਂ 'ਤੇ ਵੀ ਸਾਈਨ ਕਰਾ ਲਏ ਅਤੇ ਫਿਰ ਕਿਹਾ ਉਹਨੂੰ ਵੀ ਤੂੰ 1,00,000 ਰੁਪਇਆ ਦੇ ਅਤੇ ਆਪਾਂ ਤੇਰੇ ਤਾਂ ਕਾਗਜ਼ਾਤ ਵਾਪਸ ਕਰ ਦਾਂਗੇ, ਅਦਰਵਾਈਜ਼ ਤੇਰੇ ਜਿਹੜੇ ਆ ਸਾਰੇ ਜੋ ਵੀ ਤੇਰੀਆਂ ਫੋਟੋਆਂ ਖਿੱਚੀਆਂ ਸੋਸ਼ਲ ਮੀਡੀਆ 'ਚ ਪਾਵਾਂਗੇ। ਉਹ ਬੰਦਾ 3-4 ਦਿਨ ਤਾਂ ਉਸਨੂੰ ਸਹਿੰਦਾ ਰਿਹਾ, ਬਟ ਉਹਦੇ ਬਾਅਦ ਉਹਨਾਂ ਨੇ ਮੈਨੂੰ ਵੀ ਅਪਰੋਚ ਕੀਤਾ। ਮੈਂ ਫਿਰ SHO ਸਾਹਿਬ ਨੂੰ ਕਿਹਾ ਵੀ ਕਾਰਵਾਈ ਕਰਕੇ ਜਿਹੜਾ ਤਫਤੀਸ਼ ਕੀਤੀ ਜਾਏ ਕੌਣ ਬੰਦੇ ਆ। ਉਹਦੇ ਬਾਅਦ ਤਫਤੀਸ਼ ਦੌਰਾਨ ਇਹ ਆਪਾਂ ਇੱਕ ਸੋਨੀਆ ਲੇਡੀ ਹੈ, ਇੱਕ ਆਰਤੀ ਹੈ ਖਦਾਵਰ ਪਿੰਡ ਦੀ, ਅਤੇ ਇੱਕ ਸਿਮਰਨਜੀਤ ਕੌਰ ਹੈ ਇਹ ਅੰਗੂਰਾਂ ਵਾਲੇ ਬਾਗ ਜਿੱਥੇ ਇਹ ਕਿਰਾਏ 'ਤੇ ਰਹਿੰਦੀ ਹੈ, ਇਹਦੇ ਘਰ ਵਿੱਚ ਇਹ ਸਾਰਾ ਕੁਝ ਹੋਇਆ ਸੀ। ਉਹਨਾਂ ਨੂੰ ਇਹ ਗ੍ਰਿਫਤਾਰ ਕਰ ਲਿਆ ਔਰ ਬਾਕੀ ਪੁੱਛਗਿੱਛ ਜਾਰੀ ਹੈ। ਇੱਥੋਂ ਇੱਕ ਹੋਰ ਹੈ, ਇੱਕ ਲੇਡੀ ਔਰ 2 ਜੈਂਟਸ ਹੋਰ ਇਨਵੋਲਵ ਨੇ। ਇੱਕ ਹੈਗੀ ਸੁਖਵਿੰਦਰ ਕੌਰ ਸੁੱਖੀ, ਇਹ ਸੁੰਦਰ ਨਗਰ ਪਠਾਨਕੋਟ ਦੀ ਰਹਿਣ ਵਾਲੀ ਹੈ। ਉਹ ਤੋਂ ਇਲਾਵਾ ਇੱਕ ਸਰਵਜੀਤ ਸਿੰਘ ਜੱਗਾ ਅਤੇ ਉਹਦੇ ਨਾਲ ਇੱਕ ਹੋਰ ਹੈ ਮੁੰਡਾ, ਜਿਹੜੇ ਕਿ ਕਿੰਗ ਪਿੰਨ ਹੈਗੇ ਨੇ ਸਾਰੇ ਮਾਮਲੇ।